ਮੈਂ ਸੀ ਰਸਤੇ 'ਚ ਆ ਰਹੇ ਸੀ ਮੇਰਾ ਜੀਜਾ ਲੱਗਦਾ ਹੈ ਸਾਡੀ ਉਹਦੇ ਨਾਲ ਮੇਰੀ ਸਿਸਟਰ ਉਹਦੇ ਨਾਲ ਵਿਆਹੀ ਹੋਈ ਹੈ ਅਤੇ ਉਹ ਸਾਨੂੰ ਪਿੱਛੇ ਆ ਕੇ ਥਾਣੇ 'ਚ ਰੌਲਾ ਸੀ ਸਾਡੇ ਪਿੱਛੇ ਆ ਕੇ ਸਾਨੂੰ ਮਾਰ ਕੁੱਟ ਕਰਦਾ ਰਿਹਾ ਕਾਪੇ ਨਾਲ ਮਾਰਦਾ ਸੀ ਸਾਨੂੰ ਸਾਡੇ ਪਿੱਛੇ ਉਹ ਮੋਟਰਸਾਈਕਲ ਲਾਈ ਹੈ ਅਤੇ ਉਹਨੇ ਸਾਨੂੰ ਕਾਪਿਆਂ ਨਾਲ ਮਾਰਿਆ ਕਿੱਥੇ ਮਾਰਿਆ ਕਿੱਥੇ ਤੁਹਾਨੂੰ ਸਾਨੂੰ ਦੁਆਣਿਆਂ ਵਾਲੇ ਮੋੜ 'ਤੇ ਇਸ ਤੋਂ ਪਹਿਲਾਂ ਤੁਹਾਡਾ ਕੀ ਮਸਲਾ ਸੀ ਕਿੱਥੇ ਆਏ ਸੀ ਤੁਸੀਂ ਥਾਣੇ ਵਿੱਚ ਕਿਹੜੇ ਥਾਣੇ 'ਚ ਸਤਰ ਅੱਛਾ ਕੀ ਕਿਹਦੇ ਕੋਲ ਆਏ ਸੀ ਕੀ ਮਸਲਾ ਕੀ ਸੀਗਾ ਤੁਹਾਡਾ ਮੈਡਮ ਕੋਲ ਆਏ ਸੀ ਮਸਲਾ ਸਾਡਾ ਇਹ ਸੀ ਸਾਡੇ ਚਾਰਾਂ ਲੋਕਾਂ 'ਤੇ ਇਹਨਾਂ ਦਰਖਾਸਤ ਦਿੱਤੀ ਹੋਈ ਸੀ ਵੀ ਇਹ ਕੁੜੀ ਨੂੰ ਵਸਣ ਨਹੀਂ ਦਿੰਦੇ ਘਰ 'ਚ ਜਲਾਲਾਬਾਦ ਦੇ ਨਜ਼ਦੀਕੀ ਪਿੰਡ ਟਿਵਾਣਾ ਦਾ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਦਹੇਜ ਦੀ ਮੰਗ ਨੂੰ ਲੈ ਕੇ ਪਤੀ ਵੱਲੋਂ ਪਤਨੀ 'ਤੇ ਜਾਨਲੇਵਾ ਹਮਲਾ ਕੀਤਾ ਗਿਆ ਜਾਨਲੇਵਾ ਹਮਲੇ ਦਾ ਸ਼ਿਕਾਰ ਹੋਈਆਂ ਦੋਨੋਂ ਭੈਣਾਂ ਨੇ ਸਾਡੇ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਲੱਦੂ ਵਾਲੇ ਮੇਰੀ ਮੈਰਿਜ ਹੋਈ ਹੋਈ ਸੀ ਉੱਥੇ ਮੇਰੇ ਸੱਸ ਸਹੁਰੇ ਦਾਜ ਦੀ ਮੰਗ ਕਾਰਨ ਮੈਨੂੰ ਬਹੁਤ ਕੁੱਟਮਾਰ ਕਰਦੇ ਸੀ ਰੋਜ਼ਾਨਾ ਦੀ ਕੁੱਟਮਾਰ ਕਰਦੇ ਸੀ ਮੈਂ ਇਸ ਕਾਰਨ ਆਪਦੇ ਪੇਕੇ ਬੂਹੇ ਆ ਗਈ ਉੱਥੋਂ ਕੇਸ ਇੰਨਾ ਕਰਤਾ ਵੀ ਰੁੱਸ ਕੇ ਚਲੀ ਗਈ ਸਾਡੇ ਘਰ ਤੋਂ ਅਤੇ ਫਿਰ ਇੰਨਾ ਕੇਸ ਕੀਤਾ ਸਦਰ ਥਾਣੇ ਵਿੱਚ ਉੱਥੋਂ ਅਸੀਂ ਥਾਣੇ ਤੋਂ ਬਾਹਰ ਆਈ ਜਾਂਦੇ ਸੀ ਉੱਥੇ ਸਾਨੂੰ ਕੁੱਟਮਾਰ ਬਹੁਤ ਜ਼ਿਆਦਾ ਕੀਤੀ ਮੇਰੇ ਸਿਸਟਰ ਦੇ ਵੀ ਕਾਪੇ ਮਾਰੇ ਮੈਨੂੰ ਵੀ ਕਾਪੇ ਬਹੁਤ ਜ਼ਿਆਦਾ ਮਾਰੇ ਆ ਕਿੰਨੇ ਟਾਈਮ ਤੇਰਾ ਵਿਆਹ ਹੋਇਆ ਮੈਡਮ 6 ਸਾਲ ਹੋ ਗਏ ਮੇਰੀ ਮੈਰਿਜ ਤੇ ਮਾਰਿਆ ਕਿਹਨੇ ਤੁਹਾਨੂੰ ਮਾਰੇ ਇੱਕ ਕ੍ਰਿਸ਼ਨ ਸਿੰਘ ਮੇਰੇ ਘਰ ਵਾਲੇ ਆ ਅਤੇ ਇੱਕ ਹੁੰਦਾ ਜੀਜਾ ਕ੍ਰਿਸ਼ਨ ਸਿੰਘ ਉਹਦਾ ਨਾਮ ਵੀ ਅਤੇ ਇੱਕ ਕ੍ਰਿਸ਼ਨ ਸਿੰਘ ਦੇ ਡੈਡੀ ਹੈਗਾ ਮੰਗਤ ਸਿੰਘ ਉਹਨੇ ਇੱਕ ਰਾਜੀਵ ਡਾਕਟਰ ਹੈਗਾ ਉਹਨੇ ਮਾਰਿਆ ਸਾਨੂੰ ਤੁਹਾਨੂੰ ਚੋਟਾਂ ਕਿੱਥੇ ਕਿੱਥੇ ਲੱਗੀਆਂ ਤੁਹਾਨੂੰ ਸਾਨੂੰ ਸਿਰ ਵਿੱਚ ਬਹੁਤ ਜ਼ਿਆਦਾ ਲੱਗੀਆਂ ਅਤੇ ਕੁਛ ਅੰਦਰੂਨੀ ਸੱਟਾਂ ਵੀ ਬਹੁਤ ਜ਼ਿਆਦਾ ਲੱਗੀਆਂ ਕੀ ਚਾਹੁੰਦੇ ਕੀ ਤੁਸੀਂ ਹੁਣ ਇਹਨਾਂ 'ਤੇ ਸਖ਼ਤ ਕਾਰਵਾਈ ਕੀਤੀ ਜਾਵੇ ਇਹਨਾਂ ਸਾਰਿਆਂ 'ਤੇ ਕੀ ਨਾਮ ਕੀ ਹੈ ਮੇਰਾ ਨਾਮ ਅਮਨਦੀਪ ਕੌਰ ਕਿਹੜੇ ਪਿੰਡ ਵਿਆਹੀ ਸੀ ਲੱਦੂ ਵਾਲੇ ਵਿਆਹੀ ਸੀ ਇਸ ਸੰਬੰਧ ਵਿੱਚ ਮਹਿਲਾ ਸੈੱਲ ਦੀ ਇੰਚਾਰਜ ਵੀਰਾ ਬਾਈ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਡਿਸਪਿਊਟ ਸੀ ਮੀਆਂ ਬੇਬੀ ਦਾ ਕ੍ਰਿਸ਼ਨ ਸਿੰਘ ਨੇ ਨਾ ਦਰਖਾਸਤ ਦਿੱਤੀ ਸੀ ਲੱਦੂ ਵਾਲਾ ਤੋਂ ਠੀਕ ਹੈ ਅਤੇ ਲੜਕੀ ਅਮਨਦੀਪ ਕੌਰ ਹੈ ਗੋਡਾਊਨਸ ਨੇੜੇ ਟਿਵਾਣਾ ਕੱਲਾ ਇਹ ਨਾ ਲੜਕੀ ਆਪਣੇ 19 ਤਰੀਕ ਨੂੰ ਆਪਣੇ ਕੋਲ ਸਟੇਟਮੈਂਟ ਲਿਖਾ ਗਈ ਸੀ ਕਿ ਮੈਂ ਵਸਣਾ ਨਹੀਂ ਚਾਹੁੰਦੀ ਲੜਕਾ ਵਸਾਉਂਦਾ ਸੀਗਾ ਅਤੇ ਇਹਨਾਂ ਨੂੰ ਕਿਹਾ ਜੇ ਲੜਕੀ ਤੋਂ ਬੇਟੇ ਤੋਂ ਵਸਣਾ ਚਾਹੁੰਦੀ ਹੈ ਤਾਂ ਸਾਨੂੰ 24 ਤਰੀਕ ਨੂੰ ਜਾਂ ਫੋਨ 'ਤੇ ਦੱਸ ਦੀ ਵੀ ਵਸਣਾ ਚਾਹੁੰਦੀ ਅਸੀਂ ਲੜਕੀ ਧਿਰ ਨੂੰ ਬੁਲਾ ਲਾਂਗੇ ਇਹ ਆਪਸ ਵਿੱਚ ਜਿਹੜੇ ਲੜਕਾ ਧਿਰ ਲੜਕੀ ਧਿਰ ਦੇ ਘਰ ਗਏ ਆ ਉਸ ਤੋਂ ਬਾਅਦ ਇਹਨਾਂ ਕਾਲ ਕੀਤੀ ਇੱਥੇ ਆਈਓ ਨੂੰ ਜਾਂ ਲੜਕੀਆਂ ਨੂੰ ਵੀ ਤੁਸੀਂ ਮੈਡਮ ਸਾਨੂੰ ਇੱਕ ਵਾਰ ਇੱਥੇ ਬੁਲਾ ਲਓ ਹਾਂਜੀ ਇੱਥੇ ਲੜਕੀ ਬਾਰੇ ਪੁੱਛਿਓ ਕਰਦੀ ਮੈਂ ਵਸਣਾ ਨਹੀਂ ਚਾਹੁੰਦੀ ਲੜਕਾ ਕਹਿੰਦਾ ਸੀ ਮੈਂ ਵਸਾਉਣਾ ਹੈ ਹਾਂਜੀ ਇਸ ਤੋਂ ਬਾਅਦ ਇਹਨਾਂ ਦੋਨਾਂ ਧਿਰਾਂ ਨੂੰ ਇੱਥੋਂ ਤੋਰਤਾ ਬਾਹਰ ਇਹ ਉੱਥੇ ਬਾਹਰ ਊਧਮ ਸਿੰਘ ਚੌਂਕ ਉੱਤੇ ਨਾ ਦੋਨੋਂ ਆਪਸ ਵਿੱਚ ਧਿਰਾਂ ਪਤਾ ਨਹੀਂ ਕਿਵੇਂ ਰਲ ਗਏ ਅੱਗੇ ਪਿੱਛੇ ਤੋਰਿਆ ਸੀਗਾ ਉੱਥੇ ਚਲੇ ਗਏ ਸ਼ਹੀਦ ਊਧਮ ਸਿੰਘ ਚੌਂਕ ਉੱਥੋਂ ਹੱਥੋਂ ਪਾਈ ਹੋਈ ਲੜਕੀ ਹੈ ਜਿਹੜੀ ਲੜਕੀ ਧਿਰ ਦੀ ਨਾ ਇਹਨਾਂ ਨੂੰ ਸੱਟਾਂ ਲੱਗੀਆਂ ਇਹ ਲੜਕਾ ਜਿਹੜਾ ਸਾਡੇ ਹਵਾਲੇ ਆ ਗੁਰਪ੍ਰੀਤ ਸਿੰਘ ਜਿਹਨੇ ਵੀਡੀਓ ਵਾਇਰਲ ਬਣਾਈ ਸੀ ਵਾਇਰਲ ਨਹੀਂ ਕੀਤੀ ਉਹਦੇ ਬਾਰੇ ਕੋਈ ਪਤਾ ਨਹੀਂ ਅਜੇ ਇਹਦਾ ਫੋਨ ਸਾਡੇ ਕਬਜ਼ੇ ਵਿੱਚ ਹੈ ਡਿਪਟੀ ਸਾਹਿਬ ਨਾਲ ਗੱਲ ਕਰ ਲਈ ਜਲਾਲਾਬਾਦ ਸਾਹਿਬ ਨਾਲ ਉਹਨਾਂ ਕਿਹਾ ਵੀ ਲੜਕੇ ਨੂੰ ਹਵਾਲੇ ਕਰ ਦਿਓ SHU ਸਿਟੀ ਦੇ ਹਾਂਜੀ ਅਗਲੀ ਕਾਰਵਾਈ ਜੈਸੀ ਹੋਵੇ ਵੈਸੀ ਸੂਰਤ ਕਾਰਵਾਈ ਕੀਤੀ ਜਾਵੇ ਲੜਕਾ ਕਿੱਥੇ ਹੈ ਲੜਕਾ ਹੈ ਹਾਂਜੀ ਇਹ ਕੋਲ ਨੇ ਪਿਛਲੇ ਦਿਨਾਂ ਤੋਂ ਕੋਈ ਰੋਲਾ ਚੱਲ ਰਿਹਾ ਸੀ ਕੁੜੀ ਬਾਰੇ ਅਤੇ ਇੱਕ ਤਾਂ ਮਾਰ ਕੁੱਟ ਬਹੁਤ ਕਰਦੇ ਆ ਕੁੜੀ ਨੂੰ ਉਹਨਾਂ ਹੀ ਪਰ ਇੱਥੇ ਲਾਈ ਸੀ ਦਰਖਾਸਤ ਲਾਈ ਇਹਨੇ ਸਾਡੇ ਅੱਖਾਂ ਵਿੱਚੋਂ ਮਿਰਚਾਂ ਫੁਹਾਰਾ ਪਾਇਆ ਇਸ ਤਰ੍ਹਾਂ ਫੁਹਾਰਾ ਪਾ ਕੇ ਅਤੇ ਕੁੜੀ ਦੇ ਕਾਪਾ ਮਾਰਿਆ ਇੱਥੇ ਇੱਥੇ ਕਾਪਾ ਵੱਜਿਆ ਜੀ ਬਾਂਹ 'ਤੇ ਅਤੇ ਇੱਕ ਸਿਰ 'ਤੇ ਵੱਜਿਆ ਇੱਕ 'ਤੇ ਮੱਥੇ 'ਤੇ ਵੱਜ ਗਿਆ ਅਤੇ ਮਗਰ ਅਸੀਂ ਵੀ ਗਏ ਸੀ ਮੋਟਰਸਾਈਕਲ ਪਜਾਏ ਪਰ ਪਜਾ ਗਏ ਮੋਟਰਸਾਈਕਲ ਅਤੇ ਮਾਰਨ ਵਾਲੇ ਕੋਈ ਤੁਹਾਡੇ ਜਵਾਈ ਦੇ ਪਰਿਵਾਰ ਦੇ ਲੋਕ ਹਾਂਜੀ ਹਾਂਜੀ ਜਵਾਈ ਦਾ ਕੀ ਨਾਮ ਤੁਹਾਡਾ ਦਾ ਕ੍ਰਿਸ਼ਨ ਸਿੰਘ ਹੁਣ ਤੁਸੀਂ ਕੀ ਚਾਹੁੰਦੇ ਕੀ ਅਸੀਂ ਚਾਹੁੰਦੇ ਸਾਨੂੰ ਇਨਸਾਫ਼ ਮਿਲਣਾ ਚਾਹੀਦਾ ਜੀ ਸੱਚਾਈ ਤਾਂ ਜਾਂਚ ਪੜਤਾਲ ਕਰਨ ਤੋਂ ਬਾਅਦ ਹੀ ਸਾਹਮਣੇ ਆਵੇਗੀ ਪਰ ਇਸ ਘਟਨਾ ਦੇ ਨਾਲ ਪ੍ਰਦੇਸ਼ ਦੀ ਕਾਨੂੰਨ ਵਿਵਸਥਾ ਦੀ ਪੋਲ ਜ਼ਰੂਰ ਖੁੱਲ੍ਹ ਗਈ ਹੈ ਭਾਰਤ ਸੰਦੇਸ਼ ਲਈ ਜਲਾਲਾਬਾਦ ਤੋਂ ਦਲੀਪ ਦੱਤ ਦੀ ਰਿਪੋਰਟ